ਤਖ਼ਤ ਸ਼੍ਰੀ ਕੇਸਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਹੋਲੇ ਮਹੱਲੇ ਦੀ ਆਰੰਭਤਾ ਜਿਹੜੀ ਹੈ ਉਹ ਅੱਜ ਨਗਾਰਿਆਂ ਦੀਆਂ ਚੋਟਾਂ ਲਾ ਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਜੀ ਤੋਂ ਪ੍ਰਾਰੰਭ ਕੀਤੀ ਗਈ ਹੈ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੰਤਾਂ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਨੇ ਔਰ ਸਵੇਰੇ ਤਕਰੀਬਨ 9 ਵਜੇ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਪਹਿਲੇ ਪੜਾਅ ਦਾ ਹੋਲਾ ਮਹੱਲਾ ਜਿਹੜਾ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ 21 ਤੋਂ ਲੈ ਕੇ 23 ਤਰੀਕ ਤੱਕ ਮਨਾਇਆ ਜਾਵੇਗਾ ਔਰ 24 ਤੋਂ ਲੈ ਕਰਕੇ 26 ਤਰੀਕ ਤੱਕ ਦੂਜੇ ਪੜਾਅ ਦਾ ਹੋਲਾ ਮਹੱਲਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ 'ਚ ਵੱਧ ਚੜ੍ਹ ਕੇ ਹਿੱਸੇ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਹਿਬ ਜੀ, ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਜੀ, ਇੱਕ ਟਰੈਕਟਰ ਦੇ ਉੱਪਰ ਪਤਾ ਲੱਗਾ ਹੈ, ਬੜੀ ਦੁੱਖਦਾਈ ਘਟਨਾ ਹੈ। ਜੋਗੋ ਤੋਂ ਹਰ ਸਾਲ ਨਗਰ ਕੀਰਤਨ ਹੋਲੇ ਮਹੱਲੇ ਦੀ ਆਰੰਭਤਾ ਕਰਾਉਣ ਵਾਸਤੇ ਉਹ ਨਗਰ ਕੀਰਤਨ ਉੱਥੋਂ ਆਰੰਭ ਹੁੰਦਾ ਹੈ ਔਰ ਨਗਰ ਕੀਰਤਨ ਦੇ ਦੌਰਾਨ ਟਰੈਕਟਰ ਦੇ ਵੀਰ ਉਹ ਸਟੰਟ ਕਰ ਰਿਹਾ ਸੀ। ਉਹ ਸਟੰਟ ਕਰਦਿਆਂ ਹੋਇਆਂ ਅਚਾਨਕ ਉਹ ਟਰੈਕਟਰ ਪਲਟ ਗਿਆ ਔਰ ਦੋ ਨੌਜਵਾਨਾਂ ਦੀ ਉੱਥੇ ਮੌਤ ਹੋਈ। ਕੀ ਅਪੀਲ ਕਰੋਗੇ, ਕਿਉਂਕਿ ਹਜੇ ਤਾਂ ਪਹਿਲਾ ਦਿਨ ਹੈ, ਅੱਗੇ ਅੱਗੇ ਜਿਹੜਾ ਹੋਰ ਵੀ ਆਪਣੇ ਮੁਕਾਮ ਤੱਕ ਹੋਲਾ ਮਹੱਲਾ ਹੋਵੇਗਾ? ਕੀ ਮੈਂ ਤਾਂ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਨੌਜਵਾਨ ਤੁਰਦੇ ਨੇ ਟਰੈਕਟਰ ਟਰਾਲੀਆਂ ਲੈ ਕਰਕੇ ਔਰ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰਨੀ ਚਾਹੀਦੀ ਹੈ ਸਿਆਣੇ ਬਜ਼ੁਰਗਾਂ ਨੂੰ ਕਿ ਜਦੋਂ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਹੁੱਲੜਬਾਜ਼ੀ ਨਹੀਂ ਕਰਨੀ, ਆਪਾਂ ਸਟੰਟ ਨਹੀਂ ਕਰਨੇ, ਆਪਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕਰਕੇ ਹੋਲਾ ਮਹੱਲਾ ਮਨਾਉਣਾ ਹੈ। ਔਰ ਨੌਜਵਾਨ ਵੀਰਾਂ ਨੂੰ ਵੀ ਖਾਸ ਕਰਕੇ ਬੇਨਤੀ ਹੈ ਕਿ ਜਾਨਾਂ ਬਹੁਤ ਕੀਮਤੀ ਨੇ, ਇਸ ਕਰਕੇ ਜਾਨੀ ਮਾਲੀ ਨੁਕਸਾਨ ਨਾ ਹੋਵੇ, ਆਪਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕਰਕੇ ਹੋਲਾ ਮਹੱਲਾ ਮਨਾਈਏ, ਨਾ ਕਿ ਟਰੈਕਟਰਾਂ ਉੱਤੇ ਸਟੰਟ ਕਰਕੇ ਜਾਂ ਮੋਟਰਸਾਈਕਲਾਂ ਉੱਤੇ ਸਟੰਟ ਕਰਕੇ। ਜਿਹਦੀ ਆਜ਼ਾਦ ਹਸਤੀ ਹੋਊਗੀ, ਜਿਹੜਾ ਧਰਮ ਨਿਰਪੱਖਤਾ ਦੇ ਵਿੱਚ ਅਤੇ ਸਰਬੱਤ ਦੇ ਭਲੇ 'ਤੇ ਪੂਰਾ ਵਿਚਰੂਗਾ, ਉਹ ਸਤਿਗੁਰੂ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ, ਅਤੇ ਉਸ ਤੋਂ ਬਾਅਦ ਇੱਕ ਸਾਲ ਬਾਅਦ ਸਤਿਗੁਰੂ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ, ਕਿਉਂਕਿ ਇਹ ਸਿੱਖ ਧਰਮ ਦੀ ਵਿਲੱਖਣਤਾ ਵੀ ਆ, ਸਾਰੇ ਧਰਮਾਂ ਦੇ ਜਿੰਨੇ ਵੀ ਤਿਉਹਾਰ ਆ ਉਹ ਮੁਬਾਰਕ ਆ, ਪਰ ਸਿੱਖ ਪੰਥ ਦੇ ਵਿੱਚ ਸਤਿਗੁਰੂ ਜੀ ਨੇ ਇਹਨਾਂ ਤਿਉਹਾਰਾਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ। ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ, ਭਾਵੇਂ ਹੋਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਉਹਾਰ ਆ, ਪਰ ਸਤਿਗੁਰੂ ਜੀ ਨੇ ਫਿਰ ਸਮੁੱਚੀ ਕੌਮ ਨੂੰ ਇੱਕ ਥਾਂ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ, ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ, ਅਤੇ ਇਹੋ ਕਾਰਨ ਆ ਕਿ ਅੱਜ ਇੰਨਾ ਚਿਰ ਹੋਣ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਿਗੁਰੂ ਜੀ ਨੇ ਪਿਰਤਾਂ ਪਾਈਆਂ ਨਗਾਰੇ ਵੱਜ ਰਹੇ ਆ, ਇਹ ਉਸ ਗੱਲ ਦਾ ਪ੍ਰਤੀਕ ਆ। ਉਦੋਂ ਤਾਂ ਸਤਿਗੁਰੂ ਜੀ ਨੇ ਕੋਈ ਰਾਜਸੱਤਾ ਕਾਇਮ ਨਹੀਂ ਸੀ ਕਰਨੀ, ਪਰ ਖਾਲਸੇ ਨੂੰ ਇਹ ਵਿਰਾਸਤ ਏਡੀ ਵੱਡੀ ਬਖਸ਼ ਦਿੱਤੀ, ਜਦ ਤੱਕ ਖਾਲਸਾ ਪਵਿੱਤਰ ਗੁਰਬਾਣੀ ਨਾਲ ਜੁੜਿਆ ਰਹੂ, ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ, ਸਤਿਗੁਰੂ ਜੀ ਤਾਣ ਦੇਣਗੇ ਅੱਜ ਸਾਰੀਆਂ ਵਿਰੋਧੀਆਂ ਦਾ। ਕੇਵਲ ਤਾਂ ਕੇਵਲ ਇੱਕੋ ਗੱਲ 'ਤੇ ਜ਼ੋਰ ਲੱਗਾ ਆ ਵੀ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖਤਮ ਕਰਨਾ, ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ, ਪਰ ਸਤਿਗੁਰੂ ਜੀ ਕਿਰਪਾ ਕਰਨ ਇਹ ਖਤਮ ਨਹੀਂ ਹੋਣੀਆਂ। ਸਤਿਗੁਰੂ ਜੀ ਦੇ ਵੇਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ, ਅੱਜ ਕੋਈ ਨਾਂ ਲੈਣ ਨੂੰ ਤਿਆਰ ਨਹੀਂ, ਅਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਿਆ, ਇਹਦੀ ਜਿਹੜੀ ਜਿੰਨਾ ਚਿਰ ਇਹ ਧਰਤੀ ਰਹਿਣੀ, ਸਮਾਨ ਜ਼ਮੀਨ ਰਹਿਣਾ, ਇਹਦੀ ਅਡਰੀ ਅਤੇ ਵੱਖਰੀ ਪਛਾਣ ਇਸੇ ਤਰ੍ਹਾਂ ਚੱਲਦੀ ਰਹਿਣੀ। ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਪਵਿੱਤਰ ਦਿਹਾੜੇ 'ਤੇ ਹੋਲੇ ਮਹੱਲੇ 'ਤੇ ਬਹੁਤ ਬਹੁਤ ਵਧਾਈ ਵੀ ਦਿੰਦਾ, ਕਾਮਨਾ ਵੀ ਕਰਦਾ ਕਿ ਆਉਂਦੇ 6 ਦਿਨ ਲਗਾਤਾਰ ਨਿਰੰਤਰ ਇਹ ਹੋਲਾ ਮਹੱਲਾ ਚੱਲਣਾ, ਇਹਦੇ ਵਿੱਚ ਸ਼ਮੂਲੀਅਤ ਵੀ ਕਰੀਏ ਅਤੇ ਗੁਰੂ ਦੀਆਂ ਪਰੰਪਰਾਵਾਂ ਦੇ ਅਨੁਕੂਲ ਆਈਏ ਵੀ, ਕੋਈ ਇਹੋ ਜਿਹੇ ਕਾਰਜ ਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੁੜ ਸਾਨੂੰ ਪਛਤਾਵਾ ਕਰਨਾ ਪਵੇ।
ਗੁਰੂ ਗੁਰੂ ਕਰਦੇ ਜਾਈਏ, ਗੁਰੂ ਗੁਰੂ ਕਰਦੇ ਜਾਈਏ। ਬਹੁਤ ਬਹੁਤ ਧੰਨਵਾਦ। ਦੇਖੋ ਜਿਸਲੇ ਸਿੱਖ ਪੰਥ ਦੀਆਂ ਸੰਸਥਾਵਾਂ, ਕਿਉਂਕਿ ਜਿਸਲੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਉਹਦਾ ਇਤਿਹਾਸ ਕਮਜ਼ੋਰ ਕਰ ਦੇਈਦਾ, ਉਹਦੇ ਇਤਿਹਾਸ ਮਲਗੂਟਾ ਕਰ ਦੇਈਦਾ, ਉਹਨਾਂ ਦੀਆਂ ਸੰਸਥਾਵਾਂ ਨੂੰ ਵੱਖਰਾ ਵੰਡਣਾ ਸ਼ੁਰੂ ਕਰ ਦੇਈਦਾ, ਅਤੇ ਜਿਸਲੇ ਉਹ ਵੰਡ ਹੁੰਦੀਆਂ ਅਤੇ ਫਿਰ ਸੰਸਥਾਵਾਂ ਜਿਹੜੀਆਂ ਉਹ ਕੌਮ ਦੇ ਉਸ ਭਵਿੱਖ ਨੂੰ ਵੀ ਥੋੜ੍ਹਾ ਨੁਕਸਾਨ ਪਹੁੰਚਾਉਂਦੀਆਂ। ਸੋ ਇਸ ਕਰਕੇ ਖਾਲਸਾ ਪੰਥ ਨੂੰ ਇਹ ਹੁਸ਼ਿਆਰ ਹੋਣਾ ਪਊ, ਔਰ ਹੁਸ਼ਿਆਰ ਵੀ ਆ ਮੈਂ ਤਾਂ ਸਮਝਦਾ। ਪਰ ਅੱਜ ਫਿਰ ਸੰਸਥਾਵਾਂ ਨੂੰ ਕਿੱਡੇ ਵੱਡੇ ਜ਼ੋਰ ਦੇ ਨਾਲ ਯਤਨ ਕੀਤਾ ਜਾ ਰਿਹਾ ਖਤਮ ਕਰਨ ਨੂੰ। ਇਹ ਖਾਲਸੇ ਨੂੰ ਕੋਈ ਗੁਰੂ ਸਾਹਿਬ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹਦੇ ਉੱਤੇ ਅੱਜ ਸੁਚੇਤ ਹੋਣ ਦੀ ਲੋੜ ਹੈ। ਗਿਆਨੀ ਅੰਮ੍ਰਿਤਪਾਲ ਸਿੰਘ ਦੇ ਉੱਪਰ ਜਿਹੜਾ NSA ਦੁਆਰਾ ਇੱਕ ਸਾਲ ਲਈ ਲਗਾਇਆ ਗਿਆ, ਇਹ ਵੀ ਇਸੇ ਕਦਮ ਇਸੇ ਦੇਖੋ ਦੇਖੋ ਉਹਦੀ NSA ਬਿਲਕੁਲ ਨਹੀਂ ਬਣਦੀ, ਕਿਉਂਕਿ ਜਿਹੜੇ ਪਹਿਲਾਂ ਕੇਸ ਦਰਜ ਸੀ ਉਹਨਾਂ ਕੇਸਾਂ ਦੇ ਤਹਿਤ ਉਹ NSA ਲੱਗੇ ਸੀ। ਹੁਣ ਤਾਂ ਕੋਈ ਨਵੀਂ ਗਰਾਊਂਡ ਹੀ ਨਹੀਂ, ਅਤੇ ਅਸੀਂ ਇਹਨਾਂ ਨੂੰ ਲੀਗਲ ਤੌਰ 'ਤੇ ਪਹਿਲਾਂ ਵੀ ਚੈਲੇਂਜ ਕੀਤਾ ਸੀ, ਹੁਣ ਵੀ ਉਹਨੀ ਚੈਲੇਂਜ ਕਰਨੇ ਹਾਂ, ਕਿਉਂਕਿ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਦੀ ਸਾਰੀ ਲੀਗਲ ਪੈਰਵਹੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਕਰਦੀ ਆ, ਅਤੇ ਉਹ NSA ਲਾਉਣ ਦੀ ਕੋਈ ਮੇਰਾ ਖਿਆਲ ਗਰਾਊਂਡ ਵੀ ਨਹੀਂ। ਜਿਹੜੀ ਗਰਾਊਂਡ ਪਹਿਲਾਂ ਸੀ ਉਹੀ ਗਰਾਊਂਡ ਚੱਕ ਕੇ ਉਵੇਂ ਸਟੈਂਡ ਕਰ ਦਿੱਤੀ ਆ, ਅਤੇ ਮੇਰਾ ਖਿਆਲ ਟੁੱਟ ਜਾਊ।